ਪੈਸੇ ਹੈ ਨਹੀਂ ਲੋਕ ਜਵਾਕਾਂ ਦੇ ਗਰੀਬਾਂ ਦੇ ਜਵਾਕ ਭੁੱਜੇ ਬਹਿ ਕੇ ਪੜ੍ਹਦੇ ਆ ਪੀਣ ਨੂੰ ਆਰੋ ਹੈ ਨਹੀਂ ਦੋਵੇਂ ਸਕੂਲ ਟੌਪ ਦੇ ਬਣਾ ਰਹੇ ਮੈਂ ਕਿਹਾ ਭਾਵੇਂ 25 ਲੱਖ ਲੱਗ ਜੇ ਪਰ ਸਕੂਲ ਨਮੂਨੇ ਨੇ ਬਣਾਉਣੇ ਕਿਉਂ ਬੱਚੋ ਆ ਮੇਰੀ ਪਨੀਰੀ ਹੈ ਜਿਹੜਾ ਬਾਪੂ ਤੈਨੂੰ ਬੰਦ ਕਰੂਗਾ ਨਾ ਇਹ ਪਜਾਮਾ ਔਰ ਚੁੱਲ੍ਹੇ ਚ ਮਾਰਨਗੇ ਤੇ ਸਦੀਕ ਨੂੰ ਵੋਟ ਪਾ ਦੇਣਗੇ ਠਾ ਦੇਵੇ ਕਿਉਂ ਬਈ ਪਾਉਂਗੇ ਵੋਟ ਨੂੰ ਬਈ ਬੇਬੀ ਦੇ ਤਾਂ ਬਣੀ ਹੈ ਜੇ ਬੇਬੇ ਬਾਪੂ ਤਿੰਨ ਬੰਦ ਕਰਨ ਤਾਂ ਉਹਨੇ ਤਾਂ ਨਿਬੜਨਾ ਕਿਆ ਵੋਟ ਪੰਜੇ ਤੇ ਰਾਜੇ ਵੜਿੰਗ ਨੂੰ ਜਾਣੀ ਹੈ ਹਾਂ ਸ਼ਮਸ਼ਾਨ ਘਾਟ ਵੇਖਿਆ ਤੁਹਾਡਾ ਉਜੜਿਆ ਗਿਆ ਸ਼ਮਸ਼ਾਨ ਘਾਟ ਹੁਣ ਮੈਂ ਬਣਾਊਂਗਾ ਸ਼ਮਸ਼ਾਨ ਘਾਟ ਤੁਹਾਡਾ ਮੇਰਾ ਭਾਵੇਂ 10 ਲੱਖ ਲੱਗ ਜੇ ਜਿਹੜੇ ਕਈ ਬਜ਼ੁਰਗ ਜੇ ਨਾ 80 ਵਾਲੇ ਉਹਨਾਂ ਦਾ ਤਾਂ ਸ਼ਮਸ਼ਾਨ ਘਾਟ ਨੂੰ ਵੇਖ ਕੇ ਹੀ ਮਰਨ ਨੂੰ ਜੀ ਕਰੂੰਗਾ ਇਹ ਜਾਂ ਬਣਾਊਂਗਾ ਨਹੀਂ ਮੈਂ ਚੀਜ਼ ਬਣਾਉਣੀ ਟੌਪ ਦੀ ਉਹ ਯਾਰ ਸਾਡੇ ਬੁੜੇ ਨੂੰ ਫੂਕੇ ਆਈਏ ਹੋਈਏ ਬਾਪੂ ਨੂੰ ਤੇ ਬੇਬੇ ਨੂੰ ਉੱਤੇ ਕੁੱਤੇ ਹੱਗੀ ਜਾਣ ਇੰਨਾ ਮਾਰਾ ਹਾਲ ਪਿੰਡ ਦਾ ਪੈਸਾ ਗਿਆ ਕਿੱਥੇ ਆ ਕਿਹਾ ਸਰਪੰਚ ਨੂੰ ਸਰਪੰਚਾ ਨਾ ਕੱਢਣਾ ਪੈਸਾ ਨਾਲ ਨਹੀਂ ਜਾਣਾ ਸਦੀਕ ਕੋਲੇ ਹੈ ਨਹੀਂ ਪੈਸਾ ਪਰ ਲੋਕ ਸਦੀਕ ਸਦੀਕ ਕਰਦੇ ਜਿੰਨੇ ਪੈਸੇ ਲਾਵੇਗਾ ਇੰਨੀ ਡਿਮਾਂਡ ਕਰਦਾ ਜਿੱਦੇ ਪੈਸੇ ਸਾਰੇ ਲਾ ਦੇਗਾ ਬੈਲੈਂਸ ਜ਼ੀਰੋ ਹੋ ਜੂਗਾ ਮੈਂ ਕੰਮ ਵੇਖਣ ਆਊਂਗਾ ਇੰਨੀ ਸੰਗਤ ਚ ਕਹਿਣਾ ਗੁਰਦੁਆਰਾ ਸਾਹਿਬ ਮਗਰ ਮੱਥੇ ਲੱਗਦੇ ਓਨੇ ਪੈਸੇ ਓਦਾਂ ਹੀ 20 ਲੱਖ ਹੋਰ ਚੱਕ ਨਾਲ ਦੀ ਨਾਲ ਪਰ ਲੱਗੇ ਹੋਣੇ ਚਾਹੀਦੇ ਸੱਥ ਬਣਾਉਣੀ ਹੈ ਜਿਹੜੀ ਉੱਥੇ ਸੱਥ ਹੈ ਕਿਸੇ ਔਖਲੇ ਰਾਹ ਦੀ ਕਰਾਈ ਵਾਲੇ ਦੇ ਕਿਸੇ ਜੱਟ ਦੇ ਘਰੇ ਇਹੋ ਜਿਹੀਆਂ ਟੈਲਾਂ ਨਹੀਂ ਲੱਗੀਆਂ ਹੋਣੀਆਂ ਚਾਹੀਦੀਆਂ ਜਿਹੜੀ ਸੱਥ ਚਲਾਉਣੀ ਹੈ ਪੈਸੇ ਜਿੰਨੇ ਮਰਜ਼ੀ ਲਾਉਣੇ